ਉਸ ਦਿਨ ਜਦੋਂ ਸੋਸ਼ਲ ਮੀਡੀਆ ਤੋਂ ਦੂਜੇ ਦਿਨ ਵੀਡੀਓ ਆਈਆਂ ਨਾ ਵੀ ਚੈਨਲਾਂ 'ਤੇ ਚੱਲੀਆਂ ਵੀ ਨੂਰ ਟੀਮ ਜਿਹੜੀ ਆ ਸਾਡੀ ਟੀਮ ਆ ਉਹ ਸੀਐਮ ਸਾਹਿਬ ਨੂੰ ਹੈ ਨਾ ਮਿਲਣ ਗਈ ਆ। ਪ੍ਰੋਬਲਮ ਹੋ ਗਈ ਸੀ ਨੂਰ ਨੂੰ, ਤੁਹਾਨੂੰ ਸਾਰਿਆਂ ਨੂੰ ਪਤਾ ਨਾ ਵੀ ਅਸੀਂ ਨਹੀਂ ਮਿਲ ਸਕੇ। ਸੋ ਥੋੜ੍ਹੇ ਦਿਨ ਹੋਏ ਅਸੀਂ ਸੀਐਮ ਸਾਹਿਬ ਨੂੰ ਮਿਲ ਕੇ ਆਏ ਹਾਂ, ਸਾਨੂੰ ਬਹੁਤ ਖੁਸ਼ੀ ਹੋਈ ਆ ਅਤੇ ਰੂਹ ਖੁਸ਼ ਹੋ ਗਈ ਹੈ ਨਾ, ਕਿਤੇ ਜ਼ਿੰਦਗੀ 'ਚ ਨਹੀਂ ਕਦੇ ਅਸੀਂ ਸੋਚਿਆ ਸੀਗਾ ਹੈ ਨਾ। ਜਿਹੜਾ ਵੀ ਆਉਣ ਵਾਲੇ ਸਮੇਂ 'ਚ ਹੋਊਗਾ ਸੀਐਮ, ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਹਾਂ ਨਾ, ਅਤੇ ਤੁਹਾਡਾ ਵੀ ਫਰਜ਼ ਬਣਦਾ ਉਹਨਾਂ ਦੀ ਰਿਸਪੈਕਟ ਕਰੋ। ਜੇ ਤੁਹਾਨੂੰ ਬੁਲਾਉਂਦੇ ਤੁਸੀਂ ਜਾਓ। ਵੀ ਦੁਨੀਆ ਲੈ ਕੇ ਮੈਂ ਚੰਗਾ ਕੰਮ ਕਰ, ਹਰ ਕੋਈ ਬੰਦਾ ਚਾਹੁੰਦਾ ਵੀ ਮੈਂ ਦੁਨੀਆ 'ਤੇ ਆ ਕੇ ਵਧੀਆ ਕੰਮ ਕਰਾਂ। ਦੇਸ਼ਾਂ ਦੇ ਵਿਦੇਸ਼ਾਂ ਵਿੱਚ ਖੂਬ ਨਾਮ ਕਮਾਉਣ ਵਾਲੀ ਨੂਰ ਨੂੰ ਕੌਣ ਨਹੀਂ ਜਾਣਦਾ, ਪਰ ਇਸ ਦੇ ਨਾਲ ਨੂਰ ਤੇ ਸੰਦੀਪ ਤੂਰ ਜਿਨ੍ਹਾਂ ਨੇ ਕਾਫੀ ਵੀਡੀਓਜ਼ ਬਣਾ ਕੇ ਲੋਕਾਂ ਨੂੰ ਐਂਟਰਟੇਨ ਕੀਤਾ ਸੀ, ਪਰ ਇਸ ਤੋਂ ਬਾਅਦ ਖਬਰ ਆਉਂਦੀ ਹੈ ਕਿ ਦੋਵੇਂ ਵੱਖ ਹੋ ਗਏ ਨੇ। ਪਰ ਦੀਵਾਲੀ ਸਮਾਗਮ ਤੇ ਇੱਕ ਵੀਡੀਓ ਆਈ ਜਿੱਥੇ ਦੋਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਗਏ ਸੀ ਤੇ ਉਹਨਾਂ ਨਾਲ ਖੂਬ ਗੱਲਾਂ ਬਾਤਾਂ ਵੀ ਕੀਤੀਆਂ ਸਨ ਤੇ ਵੀਡੀਓ ਵੇਖਦੇ ਵੇਖਦੇ ਖੂਬ ਵਾਇਰਲ ਹੋ ਗਈ। ਤੁਹਾਨੂੰ ਦੱਸ ਦੇ ਕਿ ਪਰੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਇਸ ਦਾ ਗਲਤ ਮਤਲਬ ਕੱਢਣਾ ਸ਼ੁਰੂ ਕਰ ਦਿੱਤਾ। ਜੀ ਹਾਂ, ਲੋਕਾਂ ਦਾ ਕਹਿਣਾ ਹੈ ਕਿ ਉਹ ਕਾਂਗਰਸ ਨੂੰ ਸਪੋਰਟ ਕਰਦੇ ਹੋਏ ਦਿਖਾਈ ਦੇ ਰਹੇ ਨੇ। ਇਸ ਤੋਂ ਬਾਅਦ ਸੰਦੀਪ ਤੂਰ ਨੇ ਲਾਈਵ ਹੋ ਕੇ ਕਿਹਾ ਕਿ ਉਹ ਕਿਸੇ ਵੀ ਪਾਰਟੀ ਦੀ ਸਪੋਰਟ ਨਹੀਂ ਕਰਦਾ ਤੇ ਸਫਾਈ ਦਿੰਦੇ ਕੀ ਕਿਹਾ ਇਸ ਵੀਡੀਓ ਦੇ ਵਿੱਚ ਵੇਖੋ ਜ਼ਰਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅਤੇ ਮੈਂ ਤੁਹਾਡਾ ਆਪਣਾ ਸੰਦੀਪ ਤੂਰ, ਅਤੇ ਤੁਸੀਂ ਸਾਡੀਆਂ ਵੀਡੀਓ ਨੂੰ ਲੋਕਡਾਊਨ ਦੇ ਵਿੱਚ ਬਹੁਤ ਪਿਆਰ ਦਿੱਤਾ, ਅਸੀਂ ਤੁਹਾਡੇ ਦਿਲੋਂ ਤਹਿ ਦਿਲੋਂ ਧੰਨਵਾਦੀ ਹਾਂ ਅਤੇ ਬੜਾ ਪਿਆਰ ਦਿੱਤਾ ਵੀਰੇ ਤੁਸੀਂ, ਹੈ ਨਾ, ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਤੁਹਾਡੇ ਨਾਲ ਇੱਕ ਜ਼ਰੂਰੀ ਬਹੁਤ ਗੱਲ ਕਰਨੀ ਵੀਰੇ, ਤੁਸੀਂ ਜ਼ਰੂਰ ਲਾਈਵ ਦੇ ਵਿੱਚ ਆਓ ਅਤੇ ਲਾਈਵ ਨੂੰ ਸ਼ੇਅਰ ਵੀ ਜ਼ਰੂਰ ਕਰਿਓ। ਥੋੜ੍ਹੇ ਦਿਨਾਂ ਤੋਂ ਹੈ ਨਾ ਜੀ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਸੋਸ਼ਲ ਮੀਡੀਆ 'ਤੇ ਹੈ ਨਾ ਵੀ ਸਾਡੀਆਂ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ। ਸਾਨੂੰ ਸਰਦਾਰ ਕੈਪਟਨ ਅਮਰਿੰਦਰ ਸਿੰਘ ਜੀ ਨੇ ਹੈ ਨਾ, ਅਸੀਂ ਉਹਨਾਂ ਨੂੰ ਮਿਲਣ ਗਏ ਸੀ, ਸਾਨੂੰ ਬੜੀ ਖੁਸ਼ੀ ਹੋਈ, ਸਾਡੀ ਬਹੁਤ ਰਿਸਪੈਕਟ ਕੀਤੀ ਹੈ ਨਾ ਜੀ, ਬੜਾ ਸਾਨੂੰ ਜ਼ਿੰਦਗੀ 'ਚ ਨਹੀਂ ਕਦੇ ਸੋਚਿਆ ਸੀ ਅਸੀਂ ਵੀ ਹੈ ਨਾ ਵੀ ਪੰਜਾਬ ਦੇ ਸੀਐਮ ਸਾਹਿਬ ਨੂੰ ਮਿਲਾਂਗੇ, ਹੈ ਨਾ, ਕਦੇ ਜ਼ਿੰਦਗੀ 'ਚ ਨਹੀਂ ਸੋਚਿਆ ਸੀ, ਨਾ ਸਾਡੀ ਔਕਾਤ ਸੀਗੀ ਹੈ ਨਾ ਵੀ ਉਹਨਾਂ ਨੂੰ ਮਿਲਣ ਦੀ, ਕਿਉਂਕਿ ਉਹਨਾਂ ਨੂੰ ਮਿਲਣ ਨੂੰ ਦੁਨੀਆ ਤਰਸਦੀ ਹੈ, ਸਾਡੇ ਪੰਜਾਬ ਦੇ ਸੀਐਮ ਨੂੰ, ਠੀਕ ਹੈ ਜੀ। ਅਤੇ ਜਦੋਂ ਅਸੀਂ ਸੀਐਮ ਸਾਹਿਬ ਨੂੰ ਮਿਲਣ ਗਏ ਹਾਂ ਨਾ ਜੀ, ਅਤੇ ਉਸ ਦਿਨ ਜਦੋਂ ਸੋਸ਼ਲ ਮੀਡੀਆ ਤੋਂ ਦੂਜੇ ਦਿਨ ਵੀਡੀਓ ਆਈਆਂ ਹੈ ਨਾ ਵੀ ਚੈਨਲਾਂ 'ਤੇ ਚੱਲੀਆਂ ਵੀ ਨੂਰ ਟੀਮ ਜਿਹੜੀ ਆ ਸਾਡੀ ਟੀਮ ਆ ਉਹ ਸੀਐਮ ਸਾਹਿਬ ਨੂੰ ਹੈ ਨਾ ਮਿਲਣ ਗਈ ਆ। ਅਤੇ ਚਲੋ ਹੈ ਨਾ, ਉਦੋਂ ਸੀਐਮ ਸਾਹਿਬ ਨੇ ਸਾਨੂੰ ਪਹਿਲਾਂ ਵੀ ਮਿਲਣ ਲਈ ਕਿਹਾ ਸੀਗਾ, ਪਰ ਉਹ ਥੋੜ੍ਹਾ ਜਿਹਾ ਪ੍ਰੋਬਲਮ ਹੋ ਗਈ ਸੀ ਨੂਰ ਨੂੰ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ ਵੀ ਅਸੀਂ ਨਹੀਂ ਮਿਲ ਸਕੇ। ਸੋ ਥੋੜ੍ਹੇ ਦਿਨ ਹੋਏ ਅਸੀਂ ਸੀਐਮ ਸਾਹਿਬ ਨੂੰ ਮਿਲ ਕੇ ਆਏ ਹਾਂ, ਸਾਨੂੰ ਬਹੁਤ ਖੁਸ਼ੀ ਹੋਈ ਆ ਅਤੇ ਰੂਹ ਖੁਸ਼ ਹੋ ਗਈ ਹੈ ਨਾ, ਕਿਤੇ ਜ਼ਿੰਦਗੀ 'ਚ ਨਹੀਂ ਕਦੇ ਅਸੀਂ ਸੋਚਿਆ ਸੀਗਾ ਹੈ ਨਾ ਵੀ ਉਹਨਾਂ ਨੂੰ ਮਿਲਾਂਗੇ। ਅਤੇ ਉਦੋਂ ਕਈ ਮਤਲਬ ਜਿੱਦਣ ਵੀਡੀਓ ਸਾਡੀਆਂ ਵਾਇਰਲ ਹੋਈਆਂ, ਕਈਆਂ ਨੇ ਹੈ ਨਾ ਮੈਨੂੰ ਫੋਨ ਲਾ ਕੇ ਵੀਰੇ ਚੰਗਾ ਵੀ ਕਿਹਾ, ਬਹੁਤ ਵਧੀਆ ਕੀਤਾ ਤੁਸੀਂ ਸੀਐਮ ਸਾਹਿਬ ਨੂੰ ਮਿਲ ਕੇ ਆਏ ਹੈ ਨਾ, ਅਤੇ ਕਈਆਂ ਨੇ ਮੈਨੂੰ ਫੋਨ ਲਾ ਕੇ ਹੈ ਨਾ ਗਾਲਾਂ ਵੀ ਕੱਢੀਆਂ ਮਾਵਾਂ ਭੈਣਾਂ ਦੀਆਂ ਵੀ ਇੱਦਾਂ ਨਾ ਤੁਸੀਂ ਆਇਆ, ਤੁਸੀਂ ਕਾਂਗਰਸ ਦੀ ਸਪੋਰਟ ਕਰਦੇ ਆ, ਤੁਸੀਂ ਐਂ ਜਾਓ ਹੈ ਨਾ। ਅਤੇ ਮੈਂ ਵੀਰੇ ਸਾਰਿਆਂ ਨੂੰ ਬੇਨਤੀ ਕਰਨ ਵਾਸਤੇ ਲਾਈਵ ਹੋਇਆ ਹੈ ਨਾ ਵੀ ਪਹਿਲੀ ਗੱਲ ਤਾਂ ਅਸੀਂ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਨਹੀਂ ਹੈਗੇ ਹੈ ਨਾ, ਅਤੇ ਅਸੀਂ ਬੱਚੇ ਬਿਲਕੁਲ ਅਣਜਾਣ। ਦੂਜੀ ਗੱਲ ਵੀ ਸਾਡੇ ਵੀਰੇ ਪਹਿਲੀ ਗੱਲ ਤਾਂ ਅਸੀਂ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਨਹੀਂ ਹੈਗੇ, ਦੂਜੀ ਗੱਲ ਸਾਡੇ ਵੀਰੇ ਪੰਜਾਬ ਦਾ ਸੀਐਮ ਜਿਹੜਾ ਵੀ ਹੋਊਗਾ ਨਾ, ਜਿਹੜਾ ਵੀ ਆਉਣ ਵਾਲੇ ਸਮੇਂ 'ਚ ਹੋਊਗਾ ਸੀਐਮ, ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਹਾਂ ਨਾ, ਅਤੇ ਤੁਹਾਡਾ ਵੀ ਫਰਜ਼ ਬਣਦਾ ਉਹਨਾਂ ਦੀ ਰਿਸਪੈਕਟ ਕਰੋ, ਜੇ ਤੁਹਾਨੂੰ ਬੁਲਾਉਂਦੇ ਤੁਸੀਂ ਜਾਓ, ਠੀਕ ਹੈ ਨਾ। ਅਤੇ ਸਾਨੂੰ ਪਹਿਲੀ ਗੱਲ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਆ, ਕਦੇ ਹੈ ਨਾ ਜ਼ਿੰਦਗੀ 'ਚ ਨਹੀਂ ਸੋਚਿਆ ਸੀਗਾ ਵੀ ਅਸੀਂ ਵੀ ਪੰਜਾਬ ਦੇ ਸੀਐਮ ਸਾਹਿਬ ਨੂੰ ਮਿਲ ਜਾਵਾਂਗੇ। ਪਹਿਲੀ ਗੱਲ ਹੈ ਨਾ ਵੀਰੇ, ਅਸੀਂ ਸਰਦਾਰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਨਹੀਂ ਮਿਲਣ ਗਏ ਸੀ, ਅਸੀਂ ਵੀਰੇ ਪੰਜਾਬ ਦੇ ਸੀਐਮ ਸਾਹਿਬ ਨੂੰ ਮਿਲਣ ਗਏ ਸੀ। ਅਤੇ ਆਉਣ ਵਾਲੇ ਸਮੇਂ 'ਚ ਸਾਡੇ ਪੰਜਾਬ ਦਾ ਸੀਐਮ ਜਿਹੜਾ ਵੀ ਬਣੂਗਾ, ਕਿਸੇ ਵੀ ਪਾਰਟੀ ਦਾ ਸੀਐਮ ਬਣੂਗਾ, ਅਤੇ ਅਸੀਂ ਵੀਰੇ ਉਹਨਾਂ ਦੀ ਰਿਸਪੈਕਟ ਕਰਾਂਗੇ, ਠੀਕ ਹੈ ਨਾ ਜੀ। ਅਤੇ ਤੁਹਾਡਾ ਵੀ ਫਰਜ਼ ਬਣਨ ਦਾ ਰਿਸਪੈਕਟ ਕਰਨ ਦਾ, ਠੀਕ ਹੈ ਨਾ ਜੀ। ਅਤੇ ਮੈਂ ਸਾਰਿਆਂ ਨੂੰ ਵੀਰਾਂ ਨੂੰ ਬੇਨਤੀ ਕਰਦਾ ਵੀ ਹੈ ਨਾ, ਸਾਨੂੰ ਐਵੇਂ ਗਲਤ ਕਮੈਂਟ ਨਾ ਕਰੋ, ਜਾਂ ਮਤਲਬ ਹੈ ਨਾ ਗਾਲਾਂ ਨਹੀਂ ਕੱਢੀ ਦੀਆਂ ਇੱਦਾਂ ਨਾ ਵੀ ਤੁਸੀਂ ਕਾਂਗਰਸ ਦੀ ਸਪੋਰਟ ਕਰਦੇ ਹਾਂ, ਤੁਸੀਂ ਉਹ ਕਰਦੇ, ਤੁਸੀਂ ਜੋ ਕਰਦੇ ਹਾਂ। ਅਤੇ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਵੀ ਅਸੀਂ ਵੀਰੇ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਨਹੀਂ ਹੈਗੇ, ਅਸੀਂ ਤਾਂ ਨੰਨੇ ਮੁੰਨੇ ਬੱਚੇ ਹਾਂ, ਸਾਨੂੰ ਅਸੀਂ ਬਹੁਤ ਘੱਟ ਥੱਲੇ ਹਾਂ ਉਹਨਾਂ ਨਾਲ, ਬਹੁਤ ਜ਼ਿਆਦਾ, ਠੀਕ ਹੈ ਨਾ।
ਤੇ ਉਹਨਾਂ ਨੂੰ ਮਿਲਣਾ ਹੀ ਬਹੁਤ ਵੱਡੀ ਗੱਲ ਆ ਸੀ ਐਮ ਸਾਹਿਬ ਨੂੰ ਹੈ ਨਾ, ਅਤੇ ਸਾਨੂੰ ਤਾਂ ਮਿਲ ਕੇ ਹੀ ਬੜੀ ਖੁਸ਼ੀ ਹੋਈ ਉਹਨਾਂ ਨੂੰ ਵੀ ਸਾਨੂੰ ਬੁਲਾਇਆ, ਇਹਨਾਂ ਦੀ ਸਾਡੀ ਰਿਸਪੈਕਟ ਕੀਤੀ, ਸਾਨੂੰ ਮਿਲੇ ਹੈ ਨਾ। ਮਿਲਣਾ ਹੀ ਬਹੁਤ ਵਧੀਆ, ਦੁਨੀਆ ਤਰਸਦੀ ਉਹਨਾਂ ਨੂੰ ਮਿਲਣ ਵਾਸਤੇ, ਪਰ ਸਾਨੂੰ ਬੜੀ ਖੁਸ਼ੀ ਹੋਈ ਉਹਨਾਂ ਨੂੰ ਮਿਲ ਕੇ। ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਸਰ ਸੀ ਐਮ ਸਾਹਿਬ ਜੀ ਦੇ, ਅਤੇ ਕਦੇ ਜ਼ਿੰਦਗੀ 'ਚ ਨਹੀਂ ਸੋਚਿਆ ਸਾਡੀ ਔਕਾਤ ਵੀ ਹੈ ਨਹੀਂ ਉਹਨਾਂ ਨੂੰ ਮਿਲਣ ਦੀ, ਠੀਕ ਹੈ ਨਾ ਜੀ। ਅਤੇ ਬੜੀ ਪਰਮਾਤਮਾ ਦੀ ਕਿਰਪਾ ਹੋਈ, ਸਾਡੀਆਂ ਵੀਡੀਓ ਨੂੰ ਲੋਕਾਂ ਨੇ ਪਿਆਰ ਦਿੱਤਾ, ਵੀਡੀਓ ਸਾਡੀਆਂ ਉਹਨਾਂ ਤੱਕ ਪਹੁੰਚੀਆਂ ਹੈ ਨਾ ਜੀ, ਅਤੇ ਅਸੀਂ ਮੈਸੇਜ ਵੀ ਬਹੁਤ ਵਧੀਆ ਦਿੱਤੇ ਉਹਨਾਂ ਨਾਲ ਮਿਲ ਕੇ। ਅਤੇ ਸਾਡਾ ਫਰਜ਼ ਬਣਦਾ ਅਸੀਂ ਪੰਜਾਬ ਦੇ ਸੀ ਐਮ ਨਾਲ ਮਿਲ ਕੇ ਆਉਣ ਵਾਲੇ ਸਮੇਂ ਦੇ ਵਿੱਚ, ਜੇ ਸਾਡੇ ਪੰਜਾਬ ਦਾ ਸੀ ਐਮ ਵਧੀਆ ਕੰਮ ਵਧੀਆ ਦੇ ਪੰਜਾਬ ਲਈ ਸਾਡੇ ਲਈ ਵਧੀਆ ਕੰਮ ਕਰਦਾ, ਅਤੇ ਸਾਡਾ ਫਰਜ਼ ਬਣਦਾ ਉਹਨਾਂ ਦੀ ਸਪੋਰਟ ਕਰਨਾ। ਸੋ ਅਸੀਂ ਸੀ ਐਮ ਸਾਹਿਬ ਦੀ ਸਪੋਰਟ ਕੀਤੀ, ਅਸੀਂ ਵੀਰੇ ਸਰਦਾਰ ਕੈਪਟਨ ਅਮਰਿੰਦਰ ਸਿੰਘ ਦੀ ਸਪੋਰਟ ਨਹੀਂ ਕੀਤੀ। ਮੈਂ ਸਾਰੇ ਵੀਰਾਂ ਨੂੰ ਦੱਸ ਦੇਣਾ ਚਾਹੁੰਦਾ, ਅਸੀਂ ਪੰਜਾਬ ਦੇ ਸੀ ਐਮ ਸਾਹਿਬ ਦੀ ਸਪੋਰਟ ਕੀਤੀ ਆ, ਉਹ ਸਾਡੇ ਦੇਸ਼ ਲਈ ਵਧੀਆ ਕੰਮ ਕਰਨਗੇ, ਠੀਕ ਹੈ ਨਾ, ਅਤੇ ਵਧੀਆ ਕੰਮ ਕਰਦੇ ਵੀ ਆ। ਅਤੇ ਆਉਣ ਵਾਲੇ ਸਮੇਂ 'ਚ ਪੰਜਾਬ ਦਾ ਸੀ ਐਮ ਜੋ ਵੀ ਬਣਨਗੇ, ਅਸੀਂ ਉਹਨਾਂ ਦੇ ਨਾਲ ਸਪੋਰਟ ਉਹਨਾਂ ਦੀ ਕਰਾਂਗੇ। ਸਾਡਾ ਫਰਜ਼ ਬਣਦਾ, ਹਰੇਕ ਦਾ ਫਰਜ਼ ਬਣਦਾ, ਜੋ ਪਬਲਿਕ ਫਿਗਰ ਲੋਕ ਜਿਹਨੂੰ ਪਿਆਰ ਕਰਦੇ ਆ ਉਹਨਾਂ ਦਾ ਫਰਜ਼ ਬਣਦਾ ਵੀ ਪੰਜਾਬ ਦੇ ਸੀ ਐਮ ਜੋ ਆਪਣੇ ਸਾਡੇ ਦੇਸ਼ ਲਈ ਵਧੀਆ ਕੰਮ ਕਰਦੇ ਨੇ ਉਹਨਾਂ ਦੀ ਸਪੋਰਟ ਕਰੇ, ਠੀਕ ਹੈ ਜੀ। ਬਿਲਕੁਲ ਵੀਰੇ ਬਿਲਕੁਲ, ਦੁਨੀਆ ਦੇ ਦੋਨੇ ਪਾਸੇ ਦਿੰਦੇ ਹੈ ਨਾ, ਲੋਕ ਕਿਸੇ ਪਾਸੇ ਨਹੀਂ ਛੱਡਦੇ। ਅਤੇ ਮੈਂ ਤਾਂ ਵੀਰੇ ਹੈ ਨਾ, ਅਸੀਂ ਤਾਂ ਕਿਸੇ ਨੂੰ ਨਹੀਂ ਕਿਹਾ ਵੀ ਅਸੀਂ ਮਤਲਬ ਵੀ ਅਸੀਂ ਕਿਸੇ ਵੀ ਪਾਰਟੀ ਨੂੰ ਸਪੋਰਟ ਕਰਦੇ ਹਾਂ ਨਾ, ਅਸੀਂ ਵੀਰੇ ਕਿਸੇ ਵੀ ਪਾਰਟੀ ਨੂੰ ਸਪੋਰਟ ਨਹੀਂ ਕਰਦੇ। ਸਾਡੇ ਪੰਜਾਬ ਦਾ ਸੀ ਐਮ ਆਉਣ ਵਾਲੇ ਸਮੇਂ 'ਚ ਕੋਈ ਵੀ ਬਣੇ, ਅਸੀਂ ਪੰਜਾਬ ਦੇ ਸੀ ਐਮ ਦੇ ਸਪੋਰਟਸ ਕਰਨਾ ਸਾਡਾ ਫਰਜ਼ ਬਣਦਾ, ਤੁਹਾਡਾ ਵੀ ਫਰਜ਼ ਬਣਦਾ, ਠੀਕ ਹੈ ਜੀ। ਅਤੇ ਦੂਜੀ ਗੱਲ ਫਿਰ ਤੁਹਾਨੂੰ ਮੈਨੂੰ ਲੋਕ ਫੋਨ ਦੇ ਲੱਗ ਤਾਨੇ ਮਾਰਦੇ ਨਾ, ਇੱਦਾਂ ਵੀ ਤੁਹਾਨੂੰ ਕੈਪਟਨ ਸਾਹਿਬ ਨੇ ਮਤਲਬ ਸੀ ਐਮ ਸਾਹਿਬ ਨੇ ਤੁਹਾਨੂੰ ਕੀ ਦਿੱਤਾ ਹੈ ਨਾ। ਅਤੇ ਪਹਿਲੀ ਗੱਲ ਵੀਰੇ ਹੈ ਨਾ, ਸਾਨੂੰ ਮਿਲਣਾ ਹੀ ਬਹੁਤ ਵੱਡੀ ਗੱਲ ਆ ਉਹਨਾਂ ਨੂੰ, ਪਹਿਲੀ ਗੱਲ ਜਿਹੜੀ ਆ ਪੰਜਾਬ ਦੇ ਸੀ ਐਮ ਸਾਹਿਬ ਨੂੰ ਕੋਈ ਇੱਦਾਂ ਨਿੱਕੀ ਮੋਟੀ ਚੀਜ਼ ਨਹੀਂ ਹੈ ਨਾ, ਉਹਨਾਂ ਨੂੰ ਮਿਲਣਾ ਬਹੁਤ ਵੱਡੀ ਗੱਲ ਆ ਸਾਡੇ ਲਈ, ਇੰਨਾ ਹੀ ਬਹੁਤ ਆ। ਸਾਨੂੰ ਕੁਛ ਨਹੀਂ ਵੀਰੇ ਚਾਹੀਦਾ, ਨਾ ਅਸੀਂ ਪਹਿਲਾਂ ਕਿਸੇ ਤੋਂ ਮੰਗਿਆ, ਠੀਕ ਹੈ ਨਾ ਜੀ। ਪਰਮਾਤਮਾ ਦੀ ਕਿਰਪਾ ਨਾਲ ਅਸੀਂ ਪਹਿਲਾਂ ਵੀ ਦੁਕਾਨਦਾਰੀ ਕਰਦੇ ਸੀ, ਹੁਣ ਵੀ ਦੁਕਾਨਦਾਰੀ ਕਰਦੇ ਹਾਂ ਅਤੇ ਦੁਕਾਨਦਾਰੀ ਕਰਦੇ ਰਹਾਂਗੇ, ਠੀਕ ਹੈ ਨਾ ਜੀ। ਅਤੇ ਨਾ ਸਾਨੂੰ ਵੀਰੇ ਕਿਸੇ ਵੀ ਚੀਜ਼ ਦੀ ਲੋੜ ਆ, ਸਾਨੂੰ ਉਹਨਾਂ ਨੂੰ ਮਿਲਣਾ ਹੀ ਬਹੁਤ ਵੱਡੀ ਗੱਲ। ਸਾਡੀ ਔਕਾਤ ਨਹੀਂ ਸੀ ਵੀ ਅਸੀਂ ਉਹਨਾਂ ਨੂੰ ਮਿਲ ਸਕੀਏ, ਉਹਨਾਂ ਨੂੰ ਮਿਲਣ ਦੁਨੀਆ ਤਰਸਦੀ ਹੈ, ਵੱਡੇ ਵੱਡੇ ਹੈ ਨਾ ਅਫਸਰ ਜਿਵੇਂ ਮਿਲਣ ਨੂੰ ਤਰਸਦੇ ਆ ਉਹਨਾਂ ਨੂੰ, ਅਤੇ ਅਸੀਂ ਤਾਂ ਹੈ ਹੀ ਕੁਛ ਨਹੀਂ ਸੀ। ਅਤੇ ਮਿਲਣਾ ਹੀ ਵੀਰੇ ਬਹੁਤ ਵੱਡੀ ਗੱਲ ਉਹਨਾਂ ਨੂੰ ਸਾਡੇ ਲਈ, ਸਾਨੂੰ ਮਿਲ ਗਏ ਇੰਨਾ ਹੀ ਬਹੁਤ ਆ। ਅਤੇ ਵੀ ਸਾਰੇ ਮੈਨੂੰ ਕਹਿੰਦੇ ਹੈ ਨਾ ਵੀ ਸਾਰਾ ਕੁਛ ਤਾਂ ਮਤਲਬ ਵੀ ਨੂਰ ਨੂੰ ਦਿੱਤਾ ਇੱਦਾਂ ਜੋ, ਅਤੇ ਮੈਨੂੰ ਇੰਨੀ ਖੁਸ਼ੀ ਹੈ ਵੀਰੇ ਹੈ ਨਾ। ਉਸ ਪਰਿਵਾਰ, ਚਲੋ ਗਰੀਬ ਪਰਿਵਾਰ ਸੀ ਇੱਕ ਨੂਰ, ਕਿ ਤੁਸੀਂ ਸਾਰਿਆਂ ਨੇ ਜਾਣਦੇ ਹੀ ਆ ਵੀ ਉਹ ਵਿਚਾਰੇ ਹੈ ਨਾ ਭੱਠੇ 'ਤੇ ਕੰਮ ਕਰਦੇ, ਉਹਦੇ ਡੈਡੀ ਅਤੇ ਉਹਦੀ ਮੰਮੀ, ਚੱਲ ਕਰਦਾ ਜਿਵੇਂ ਉਹ ਛੋਟੇ ਛੋਟੇ ਸੀਗੇ ਅਤੇ ਬੱਚੇ ਵੀ ਛੋਟੇ ਸੀਗੇ, ਅਤੇ ਡੈਡੀ ਉਹਦਾ ਭੱਠੇ ਦੇ ਕਰਕੇ ਗੁਜ਼ਾਰਾ, ਕੰਮ ਕਰਕੇ ਗੁਜ਼ਾਰਾ ਕਰਦਾ ਸੀ। ਘਰ ਵੀ ਬਹੁਤ ਮਾੜਾ ਸੀ ਉਹਨਾਂ ਦਾ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਅਤੇ ਰੋਣਾ ਨਿਕਲਦੇ ਘਰ ਨੂੰ ਵੇਖ ਕੇ। ਅਤੇ ਮੈਨੂੰ ਬੜਾ ਦੁੱਖ ਆ ਨਾ, ਚਲੋ ਸੀ ਐਮ ਸਾਹਿਬ ਨੇ, ਸਾਡੇ ਪੰਜਾਬ ਦੇ ਸੀ ਐਮ ਸਾਹਿਬ ਨੇ ਉਹਨਾਂ ਦੀ ਮਦਦ ਕੀਤੀ 5 ਲੱਖ ਰੁਪਈਏ ਦੀ, ਅਤੇ ਉਹਨਾਂ ਦੇ ਪਰਿਵਾਰ ਨੂੰ ਦਿੱਤਾ ਗਿਆ 5 ਲੱਖ ਰੁਪਈਆ, ਅਤੇ ਉਹਨਾਂ ਦਾ ਘਰ ਬਣ ਗਿਆ, ਉਹਨਾਂ ਦਾ ਸਾਰਾ ਕੁਛ, ਬੱਚਿਆਂ ਦਾ ਵਿਚਾਰੇ ਨੇ ਜ਼ਿੰਦਗੀ ਸੁਧਰ ਗਈ, ਪੜ੍ਹਾਈ ਲਿਖਾਈ ਹੈ ਨਾ, ਉਹਨਾਂ ਦੀ ਵਧੀਆ ਜ਼ਿੰਦਗੀ ਬਣ ਗਈ। ਸਾਨੂੰ ਵੀ ਇਸ ਤੋਂ ਵੱਡੀ ਉਹਨਾਂ ਦਾ ਘਰ ਬਣ ਗਿਆ। ਹਰ ਕੋਈ ਬੰਦਾ ਚਾਹੁੰਦਾ ਵੀ ਦੁਨੀਆ ਰਹਿ ਕੇ ਮੈਂ ਚੰਗਾ ਕੰਮ ਕਰਾਂ, ਹਰ ਕੋਈ ਬੰਦਾ ਚਾਹੁੰਦਾ ਵੀ ਮੈਂ ਦੁਨੀਆ 'ਤੇ ਆ ਕੇ ਵਧੀਆ ਕੰਮ ਕਰਾਂ। ਸੋ ਵੀਰੇ ਮੈਂ ਸਾਡੇ ਤੋਂ ਪਰਮਾਤਮਾ ਨੇ ਵੀਰੇ ਇਹ ਕੰਮ ਕਰਾਇਆ,
साढ़े तो मेरे परमात्मा ने यही काम कराया, ठीक है ना। सानू बहुत खुशी है भी उन्होंने घर बन गया, ठीक है ना। साढ़ी औकात नहीं सी, साड़ी वजह ने किसी गरीब का परिवार का घर बन जो मैं फिर भी किसी ने ठग किया, किसी ने चोर किया। मेरे नाल जिहड़े रहिंदे सी उन्होंने मैनूं ठग किया, चोर किया, पर मैनूं पता ना मैं अंदरों सही हाँ। किसी दे कहण नाल कुछ नहीं हुंदा। सानूं पता भरे मैं अंदरों सही हाँ, किसी दे कहण नाल कोई माड़ा नहीं बन जांदा। ਸਾਨੂੰ ਵੀਰੇ ਕੁਛ ਨਹੀਂ ਚਾਹੀਦਾ, ਅਸੀਂ ਉਹਨਾਂ ਨੂੰ ਮਿਲ ਲਏ, ਸਾਡੇ ਲਈ ਇੰਨੀ ਬਹੁਤ ਖੁਸ਼ੀ। मैनू बहुत खुशी है भरे, ठीक है। मेरे को जिन्ना परमात्मा ने दिता मैं उन्ने ही खुश हाँ, मैनू किसी चीज़ की लोड़ नहीं। वो जवाक का घर बन गया, इस तों वड्डी मैनू कोई खुशी नहीं, ते ना कोई होगी। कदे जिंदगी जिन्हें बेरे सोचा सी भी साड़ियाँ छोटिया छोटिया वीडियो तो किसी परिवार का घर बन जाना, ठीक है ना। किसी परिवार की जोन सुधर जानी, साढ़े सारे पिंड नूं पता भी वह बेचारे किन्नी जोगे सी। ਜਦੋਂ ਕਈ ਧੀ ਪੁੱਤ ਕਹਿੰਦੇ ਨਾ ਉਹਦੇ ਮਾਂ ਬਾਪ ਨੂੰ ਵੀ ਡੈਡੀ ਮੈਂ ਆਹ ਚੀਜ਼ ਲੈਣੀ, ਅਤੇ ਜਦੋਂ ਉਹਦੇ ਪਿਓ ਕੋਲ ਕੁਛ ਨਾ ਹੋਵੇ ਤਾਂ ਵੱਧ ਬੱਚੇ ਦੇ ਚਪੇੜ ਮਾਰੂ। ਪਰ ਅੱਜ ਜਦੋਂ ਉਹ ਕੋਈ ਚੀਜ਼ ਮੰਗਦੇ ਆ, ਉਹ ਬੱਚੇ ਜੋ ਕੋਈ ਚੀਜ਼ ਮੰਗਦੇ ਆ ਅਤੇ ਉਹਨਾਂ ਨੂੰ ਉਹਦੀ ਮਿਲਦੀ ਆ। ਮੈਨੂੰ ਇਸੇ ਚੀਜ਼ ਦਾ ਬਹੁਤ ਖੁਸ਼ੀ ਹੈ। ਮੈਨੂੰ ਕੋਈ ਸਾੜਾ ਨਹੀਂ ਉਹ ਪਰਿਵਾਰ ਤੋਂ, ਕਈ ਮੈਨੂੰ ਮਹਿੰਦੇ ਤੂੰ ਬਾਈ ਉਹਨਾਂ ਦੇ ਮੱਚਦਾ ਤੂੰ ਐਂ ਜੋ, ਮੈਂ ਨਹੀਂ ਬਾਈ ਉਹਨਾਂ ਦੇ ਮੱਚਦਾ। ਕਿਉਂਕਿ ਜਦੋਂ ਚੰਗਾ ਕੰਮ ਕਰਦੇ ਵੀਰੇ ਲੋਕ ਗਾਲਾਂ ਵੀ ਕੱਢਦੇ ਆ, ਕਿਸੇ ਨੇ ਮੈਨੂੰ ਕਿਹਾ ਵੀ ਤੂੰ ਨੂਰ ਦੇ ਪੈਸੇ ਖਾ ਗਿਆ,
नूर दे पैसे खा गया तू ए जाओ तेनू कौन पुछ नूर करके तेन सारे जानन लगे तेनू कौन जान दे मैं भी कदों गया मैनू सारे मेरे करके जानन लगे परमात्मा मैं तो कदे जिंदगी च नहीं सोचा भी मैनू दुकानदारी तो एक छोटी जी दुकानदारी तो मैंने लोग सारे पंजाब के लोग जानन लग जाएंगे मैं कदों सोचा मैं तो सिर्फ एक बच्चे मेहनत कराई और सिखाया हूँ बोलना सिखाया भी इदा बोल आ डायलॉग इदा बोल उन्हें कुछ नहीं बोलना आता उस बच्चे अपना कुछ नहीं बोलना आता कोई डायलॉग नहीं कोई है ना कमेडी नहीं कोई कुछ नहीं आता सारा कुछ मैं सिखा कुछ नहीं आता तो मेरी वजह ना मैं नहीं कहता भी मेरी वजह ने बनया पर परमात्मा ने है ना मैनू जरिया बनाया जरिया बना के बच्चे मेरे को भेजा मैं उसने वीडियो बनाई लोगों ने पसंद किया वह घर बन गया मैं बहुत खुशी आ मेरी जो औकात नहीं सी मैं कहता घर बना दा पर परमात्मा ने मेरे हथों काम कराया मैं बहुत खुशी है ते बाकी भी असं किसी भी पार्टी को ना सपोर्ट नहीं करते असी साढ़े पंजाब का सीएम सीएम साहब आने वाले समय च कोई भी पार्टी का किसी भी पार्टी का बनूगा तो असं सपोर्ट करा ठीक है ना थोड़ा भी फर्ज बनता उन्होंने सपोर्ट करना तो बाकी तुम है ना नूर वह तो वे सपोर्ट करो होर उपर जाए आने वाले समय जो फिल्म च जाए परमात्मा के दिता भी साढ़े को सब कुछ है ठीक है ना सानू किसी चीज की लोड़ नहीं सीएम साहब ने उन्हों की बहुत हेल्प की थी असी उन्होंने तहत दिलों धन्यवाद दिया बाकी भी थोड़े सारे का बहुत बहुत धन्यवाद इदा ही जवाक की सपोर्ट करते रहो ठीक है ना जी उदियाँ वीडियो देख देखते रहो उदियाँ वीडियो जड़िया मुंडा वरन अटवाल मुंडा वरन अटवाल है जोड़ा मेरे नाल हुंदा सी वरन अटवाल ट्रेनर आ जरा वो सारे तो वेख सकते हैं जिन्या वीडियो तो वह सपोर्ट करे भाई थैंक यू ब्यूरो रिपोर्ट फिल्मी.com